नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को फॉलो। गल आई है कि मैं माफी मंगने चाहवा, भाई हाथ खड़े करके कह लो भी वाकई जी जो माफी मंगदा मंजूर है तेनू। हाँ, अपनी टीम अगला प्रोग्राम कर लो जो करना वा, क्योंकि जेडी भी कमेटी अपनी वाहेगुरु जी का खालसा श्री वाहेगुरु जी की फतेह। बहुत ही सत्कार जो किसान भराओ, सानू जदों साहब जी ने दसिया भी केक की इदा इदा समस्या आई आ, ਅਸੀਂ ਬਾਬੇ ਸਵੀਟ ਵਾਲੇ ਕੋਲ ਮੈਂ ਖੁਦ ਨਾਲ ਆਇਆ। ਇਹਦੇ ਇੱਥੇ ਪੰਜ ਚਾਰ ਗਾਹਕ ਜਿਹੜੇ ਉਸ ਟਾਈਮ ਖਲੋਤੇ ਸੀ, ਅਸੀਂ ਆਖਿਆ ਚਲੋ ਇਹਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਗੀ। ਅਸੀਂ ਇਹਦੇ ਗਾਹਕ ਜਦੋਂ ਗਏ ਉਦੋਂ ਇਹਨਾਂ ਗੱਲ ਕੀਤੀ, ਬਾਬਾ ਜੀ ਗੱਲ ਆਹ ਵਾ, ਇਹ ਕਹਿੰਦਾ ਇਹ ਕਿਹੜੀ ਵੱਡੀ ਗੱਲ ਆ, 400 ਰੁਪਈਆ ਲੈਣ 400 ਦਾ ਕੇਕ ਆ। ਅਸੀਂ ਆਖਿਆ 400 ਦੀ ਗੱਲ ਨਹੀਂ ਗੀ, ਅਗਰ ਜੇ ਤਾਂ ਉਹਦੇ ਬੱਚੇ ਖਾ ਲੈਂਦੇ ਤਾਂ ਬਿਮਾਰ ਹੁੰਦੇ। ਉਹਦੀ ਕਿਸਮਤ ਚੰਗੀ ਸੀ, ਉਹਨੇ ਸਿਆਣੇ ਬੱਚੇ ਬੰਦਿਆਂ ਨੂੰ ਦੇ ਦਿੱਤਾ ਅਤੇ ਉਹਨਾਂ ਦੱਸਿਆ ਵੀ ਮੁਸ਼ਕਿਲ ਮਾਣ ਦਿਆ ਅਤੇ ਨਾ ਖਾਇਓ। ਇਹ ਇੰਨੀ ਗੱਲ ਕਰਕੇ ਇਹ ਕੇਵਨ ਛੱਡ ਕੇ ਚਲੇ ਗਿਆ, ਇਹਨੇ ਸਾਡੀ ਕੋਈ ਸੁਣਾਈ ਨਾ ਕੀ। ਅਗਲੇ ਦਿਨ ਫਿਰ ਅਸੀਂ ਇਹਦੇ ਕੋਲ ਬੇਨਤੀ ਕੀਤੀ, ਇਹਨੇ ਰਮਦਾਸ ਵਾਲੀ ਚੌਂਕੀ ਤੋਂ ਪੁਲਿਸ ਮਿਲਾ ਕੇ ਸੱਦੇ ਪੰਜ ਚਾਰ ਜਣੇ, ਅਤੇ ਉਹਨਾਂ ਨੂੰ ਆ ਕੇ ਫਿਰ ਉਹ ਆਉਂਦੇ ਲੈਣ ਦੇ ਕੇ ਨਿਭਾਉਂਦਾ। ਕਹਿੰਦਾ ਲੈਣ ਦੇਣ ਸਾਡਾ ਕੋਈ ਨਹੀਂ ਆ, ਕੱਲ੍ਹ 9 ਵਜੇ ਦਾ ਟਾਈਮ ਆ, ਜਿਹਨੂੰ ਕੇਕ ਦਿੱਤਾ ਉਹਨਾਂ ਨਿਬੜਦੇ ਜਿੱਦਾਂ ਨਿਬੜਨਾ। ਇੱਦਾਂ ਇੱਕ ਮੁੰਡਾ ਦੁੱਧ ਲੈ ਕੇ ਆਉਂਦਾ ਉਹਨਾਂ ਦੀ ਡੇਅਰੀ 'ਤੇ, ਉਹ ਇਹਦਾ ਸਾਹਿਬ ਸਿੰਘ ਦਾ ਰਿਸ਼ਤੇਦਾਰ ਆਉਂਦਾ ਜੀ, ਮੈਂ ਨਿਬੇੜਦਾ। ਕਹੇ ਤੂੰ ਕਰ 9 ਵਜੇ ਤੱਕ ਨਿਬੇੜਦੀ। 9 ਵਜੇ ਸਾਹਿਬ ਸਿੰਘ ਹੁਣੀ ਆਏ, ਆਉਂਦੇ ਵੀ ਦੱਸੋ ਸਾਨੂੰ, ਆਉਂਦੇ ਕੋਈ ਵੱਡੀ ਗੱਲ ਨਹੀਂ ਗੀ, ਕੇਕ ਖਾ ਕੇ ਮਰਿਆ ਤਾਂ ਨਹੀਂ ਨਾ ਕੋਈ ਵੀ, ਅਜੇ ਸਾਡੇ ਕੋਲ ਟਾਈਮ ਨਹੀਂ, ਜਦੋਂ ਟਾਈਮ ਹੋਏਗਾ ਉਦੋਂ ਨਿਬੇੜ ਲਾਂਗੇ। ਇਹ ਜਿਹੜੀ ਜਹੇਬੰਦੀ ਦੇ ਮਗਰ ਫਿਰ ਤਾਂ ਉਹ ਵਿਕ ਵੀ ਜਾਂਦੀਆਂ, ਇਹ ਬਚਨ ਨੇ ਇਹਦੇ ਬੋਲਣ ਦੇ। ਫਿਰ ਇਹਨੇ ਕਿਹਾ ਇੱਕ ਹੀਰਾ ਸੀਗੀ ਪ੍ਰਧਾਨ ਪਹਿਲਾਂ ਰਹੇ ਆ, ਇਹਨੇ ਉਹਨਾਂ ਦਾ ਵੀ ਨਾਂ ਲਿਆ ਵੀ ਉਹਨਾਂ ਆਖਿਆ ਯੂਨੀਅਨ ਦੇ ਵਾਸਤੇ ਗੱਡੀ ਖਰੀਦਣੀ ਅਤੇ ਸਾਨੂੰ ਫੰਡ ਦਿਉ, ਅਸੀਂ ਉਹਨੂੰ ਵੀ 2100 ਰੁਪਈਆ ਫੰਡ ਦਿੱਤਾ ਵਾ। ਇਹੋ ਜਿਹੇ ਬੰਦੇ ਕੋਲ ਫੰਡ ਲੈਣ ਦਾ ਕੀ ਫਾਇਦਾ, ਅਤੇ ਫੰਡ ਲੈ ਕੇ ਯੂਨੀਅਨ ਨੂੰ ਨਾਂ ਬਦਨਾਮ ਕਰਦਾ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਕਿਸਾਨ ਵੀਰ ਮੇਰੇ ਆਏ ਨੇ, ਸਾਰਿਆਂ ਦਾ ਮੈਂ ਤਹਿ ਦਿਲ ਧੰਨਵਾਦ ਕਰਦਾ ਹਾਂ ਕਿ ਚਲੋ ਗਲਤੀਆਂ ਹੋ ਜਾਂਦੀਆਂ ਨੇ, ਇਨਸਾਨ ਭੁੱਲਣਹਾਰ ਹੈ। ਜੇਕਰ ਮੇਰੇ ਕੇਕ 'ਚ ਕੰਪਲੇਂਟ ਆ ਗਈ ਹੈ ਤਾਂ ਮੈਂ ਇਸ ਗੱਲ ਦੀ ਚਲੋ ਮਾਫ਼ੀ ਵੀ ਮੰਗਦਾ ਹਾਂ। ਅਸੀਂ ਪਹਿਲਾਂ ਵੀ ਤੁਹਾਡੇ ਆਏ ਸੀ ਜਦੋਂ ਸਾਡੇ ਭਰਾ, ਉਦੋਂ ਵੀ ਮਾਫ਼ੀ ਮੰਗੀ, ਫਿਰ ਅਤੇ ਅਗਾਂਹ ਤੋਂ ਵੀ ਆਪਾਂ ਕੋਸ਼ਿਸ਼ ਕਰਾਂਗੇ, ਕਰਦੇ ਵੀ ਰਹਿੰਦੇ ਹਾਂ ਕਿਉਂਕਿ ਦੁਕਾਨਦਾਰੀ ਹੈ। ਹੁਣ ਬੜੀ ਕੋਸ਼ਿਸ਼ ਕਰੀਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਵੀ ਕਿਸੇ ਨੂੰ ਸੌਦਾ ਮਾੜਾ ਨਾ ਜਾਵੇ, ਕਿਉਂਕਿ ਤੁਸੀਂ ਅਸੀਂ ਸਾਰੇ ਆਪਣੇ ਭੈਣ ਭਰਾ ਹਾਂ। ਅਸੀਂ ਕਦੇ ਵੀ ਨਹੀਂ ਇਸ ਤਰ੍ਹਾਂ ਸੋਚਾਂਗੇ ਕਿ ਕਿਸੇ ਦਾ ਕੋਈ ਜਾਨੀ ਜਾਂ ਕੁਛ ਇਸ ਤਰ੍ਹਾਂ ਦਾ ਕੋਈ ਨੁਕਸਾਨ ਹੋਵੇ, ਅਤੇ ਇਹੋ ਬੇਨਤੀਆਂ ਕਰਾਂਗੇ ਕਿ ਅਗਾਂਹ ਤੋਂ ਪੂਰਾ ਹੀ ਧਿਆਨ ਰੱਖਾਂਗੇ, ਅਤੇ ਆਪਾਂ ਵੀ ਜਨ ਜ਼ਮੀਂਦਾਰ ਹਾਂ ਅਤੇ ਕਿਸਾਨ ਜ਼ਮੀਂਦਾਰ ਕਿਸਾਨ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿੰਦੇ ਹਾਂ ਅਤੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਦੁਕਾਨਦਾਰੀ ਕਰੀ ਜਾਓ ਪਰ ਲੋਕਾਂ ਦੀ ਜ਼ਿੰਦਗੀ ਦਾ ਖਿਲਵਾੜ ਨਾ ਕਰਨ ਦੀ ਕੋਸ਼ਿਸ਼ ਕਰੋ, ਇੰਨੀਆਂ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ। ਬੱਚੇ ਇਕੱਠੇ ਕਰਕੇ ਖਾਣ ਲੱਗੇ, ਉਸ ਵੇਲੇ ਜਦੋਂ ਕੱਟਿਆ ਕੇਕ ਦੇ ਵਿੱਚੋਂ ਵਾਸ਼ਨ ਆਈ,
ਜਦੋਂ ਬਾਦਸ਼ਾਹ ਲਾਈ ਆਈ ਆ ਤੇ ਉਹ ਇਹਨਾਂ ਕੋਲ ਆਏ ਨੇ ਰਾਤ ਇਹਨਾਂ ਦੁਕਾਨ ਬੰਦ ਹੋਣ ਕਰਕੇ ਇਹਨਾਂ ਤਾਲਮੇਲ ਸਵੇਰੇ ਸਖਤ ਆਏ ਨੇ ਜਦੋਂ ਤੇ ਫਿਰ ਉਹ ਜਦੋਂ ਇੱਥੇ ਆਏ ਤੇ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਕੇਕ ਜਿਹਾ ਸਾਡਾ ਹੈ ਹੀ ਨਹੀਂਗਾ ਜਦੋਂ ਨਾ ਹੋਣ ਤਾਂ ਫਿਰ ਵੀ ਇਹਨਾਂ ਆਖਿਆ ਵੀ ਕੈਮਰੇ ਚੈੱਕ ਕਰ ਲਓ ਆਉਂਦੇ ਅਸੀਂ ਕੈਮਰੇ ਕੁਮਰੇ ਚੈੱਕ ਕਰ ਦਿੰਦੇ ਬਾਅਦ ਵਿੱਚ ਜਦੋਂ ਫਿਰ ਪੰਜ ਚਾਰ ਬੰਦੇ ਇਕੱਠੇ ਹੋ ਕੇ ਆਏ ਨੇ ਉਹਨੇ ਹੈਗਾ ਤਾਂ ਠੀਕ ਹੈ ਫਿਰ ਕੀ ਕੋਈ ਮਰਤੇ ਨਹੀਂ ਗਿਆ ਜਦ ਇੰਨੀ ਗੱਲ ਹੋਈ ਤਾਂ ਫਿਰ ਵੀ ਮੈਂ ਆਇਆ ਮੁੜ ਕੇ ਨਾਲ ਇੱਥੇ ਸਾਰੇ ਪੰਜ ਛੇ ਬੰਦੇ ਅਸੀਂ ਕਿਸਾਨ ਆਗੂ ਆਏ ਹਾਂ ਮੈਂ ਆਖਿਆ ਵੀ ਜੇ ਤਾਂ ਕੋਈ ਤੇਰੀ ਨਾਲ ਨਿਪਟ ਗਿਆ ਨਹੀਂ ਤਾਂ ਅਸੀਂ ਮੁੜ ਕੇ ਆਉਣ ਵਾਲੇ ਸਮੇਂ 'ਚ ਇਹਨੂੰ ਵੱਡੀ ਪੱਧਰ 'ਤੇ ਲਾਂਗੇ ਪਰ ਇਹਨੇ ਵੀ ਉਹ ਗੱਲ ਅਣਗੌਲੀ ਕਰਕੇ ਅਤੇ ਸਾਡੀ ਮਜਬੂਰੀ ਬਣਾ ਕੇ ਤਾਂ ਸਾਨੂੰ ਇਹ ਧਰਨਾ ਲਾਉਣਾ ਪਿਆ ਕਿਉਂਕਿ ਇੱਥੇ ਸ਼ਰਿਆਮ ਯਾਰ ਵਿਕ ਰਿਹਾ ਮੌਕੇ 'ਤੇ ਇੱਥੇ ਜਿਹੜਾ ਕੇਕ ਆ ਉਹ ਲਿਆ ਕੇ ਰੱਖਿਆ ਮੈਂ ਉੱਧਰ ਵੀ ਆਖਿਆ ਤੂੰ ਇੱਕ ਵਿੱਚੋਂ ਢੇਲੀ ਖਾ ਲਾ ਅਤੇ ਅਸੀਂ ਇਹ ਕੇਕ ਛੱਡਿਆ ਪਰ ਅੱਜ ਭਰਾਓ ਇੱਥੇ ਦੁਕਾਨ ਦੇ ਵਿੱਚ ਤਕਰੀਬਨ ਜੋ ਕੁਛ ਵੀ ਹੋ ਰਿਹਾ ਸਾਰਾ ਤਕਰੀਬਨ ਯਾਰ ਵਿਕ ਰਿਹਾ ਕਿਉਂਕਿ ਆਹ ਜਿਹੜੀ ਜਿੰਨੀ ਬਰਫੀ ਆ ਰਹੀ ਆ ਇਹ ਬੜੀ ਉਹਦੀਆਂ ਫੈਕਟਰੀਆਂ 'ਚੋਂ ਆ ਰਹੀ ਆ ਦੁੱਧ ਤਾਂ ਸਾਡੇ ਘਰਾਂ 'ਚ ਚਾਹ ਬਣਾਉਣ ਜੋਗਾ ਨਹੀਂ ਆ ਅਤੇ ਹਜ਼ਾਰਾਂ ਮਣ ਬਰਫੀ ਅੰਦਰ ਬਰਫੀ ਦਾ ਢੇਰ ਲੱਗੇ ਨੇ ਉਹ ਕਿੱਥੋਂ ਆਉਂਦੇ ਨੇ ਕਿੱਦਾਂ ਬਣਦੀ ਆ ਇਸ ਕਰਕੇ ਇਹਨਾਂ ਗੱਲਾਂ ਨੂੰ ਅਸੀਂ ਲੈ ਕੇ ਅੱਜ ਇਸ ਗੱਲ ਦਾ ਗੁੱਸੇ 'ਚ ਆਣ ਕੇ ਭੜਾਸ ਕੱਢੀ ਹੈ ਕਿ ਜਿਹੜਾ ਨਕਲੀ ਮਾਲ ਵਿਕ ਰਿਹਾ ਉਹ ਨਾ ਵਿਕੇ ਇਹਨੀਆਂ ਵਿੱਚ ਮਸਲਾ ਵੇਖੋ ਜੀ ਉਹਨੇ ਇਹ ਗੱਲ ਮੰਨਿਆ ਵਾ ਕਿ ਮੈਂ ਗਾਂਹ ਨੂੰ ਕੋਈ ਨਕਲੀ ਚੀਜ਼ ਜਾਂ ਮਾੜੀ ਚੀਜ਼ ਨਹੀਂ ਵੇਖਦਾ ਅੱਗੋਂ ਜੇ ਗਾਂਹ ਫਿਰ ਜੇ ਹੋ ਫਿਰ ਅੱਗ ਲੱਗ ਗਈ ਇਸ ਕਰਕੇ ਸਾਡੀ ਉਹਨਾਂ ਨੇ ਇੱਥੇ ਧਰਨੇ ਦੇ ਵਿੱਚ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅੱਗੇ ਤੋਂ ਅਸੀਂ ਘਟੀਆ ਮਾਲ ਜਿਹੜਾ ਉਹ ਦੁਕਾਨ ਤੋਂ ਨਹੀਂ ਵੇਚਾਂਗੇ ਇਹਦੇ ਸੰਬੰਧ 'ਚ ਅਸੀਂ ਇਹ ਅੱਜ ਦਾ ਧਰਨਾ ਜਿਹੜਾ ਸਮਾਪਤ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸਿਹਤ ਮੰਤਰੀ ਤੋਂ ਮੰਗ ਕਰਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਜਿਹੜਾ ਘਟੀਆ ਮਾਲ ਉਹ ਓਵਰਡੇਟ ਵਿਕ ਰਿਹਾ ਉਹਦੇ 'ਤੇ ਨਕੇਲ ਕੱਸੀ ਜਾਵੇ ਜੇ ਕਿਤੇ ਆਉਣ ਵਾਲੇ ਸਮੇਂ 'ਚ ਇਹੋ ਜਿਹੀ ਕੋਈ ਖਬਰ ਆਉਂਦੀ ਆ ਤਾਂ ਅਸੀਂ ਸਿਹਤ ਮਹਿਕਮੇ ਦੇ ਇੱਥੋਂ ਦੇ SMO ਦੇ ਅਤੇ ਸਿਵਲ ਸਪਲਾਈ ਅਫਸਰ ਜਿਹੜਾ ਫਤਿਹਗੜ੍ਹ ਟੁੱਟੀਆਂ ਦਾ ਉਹਦੇ ਖਿਲਾਫ਼ 10 ਤਰੀਕ ਨੂੰ ਲੱਗਾ 10 ਤਰੀਕ ਨੂੰ ਕੇਕ ਕਰਿਆ ਕੋਈ 7:30 ਵਜੇ ਸ਼ਾਮੀ ਅਤੇ 8:30 ਅਸੀਂ ਘਰ ਪਹੁੰਚਦੇ ਹਾਂ ਅਤੇ ਮਤਲਬ 9 ਵਜੇ ਨਾਲ ਅਸੀਂ ਕੇਕ ਕੱਟਿਆ ਵਾ ਕੇਕ ਜਦੋਂ ਕੱਟਿਆ ਮਤਲਬ ਅਸੀਂ ਪਲੇਟਾਂ 'ਚ ਪਾ ਕੇ ਦਿੱਤਾ ਸਾਡੇ ਭਰਾ ਹੀ ਦਿੱਤੀ ਛੋਟੇ ਮੇਰੇ ਤੋਂ ਉਹਨਾਂ ਨੂੰ ਉਹਨਾਂ ਜਦੋਂ ਇੱਕ ਇੱਕ ਚਮਚਾ ਲਾਇਆ ਤਾਂ ਉਹ ਮੁਸ਼ਕਿਆ ਅਤੇ ਖੱਟਾ ਨਿਕਲਿਆ ਉਹਨਾਂ ਉਸੇ ਵੇਲੇ ਮਤਲਬ ਬਾਹਰ ਥੁੱਕਦਾ ਅਤੇ ਅਸੀਂ ਰਾਤ ਹੀ ਇਹਨਾਂ ਕੋਲ ਵਾਪਸ ਕਰਨ ਆਏ ਹਾਂ ਦੱਸਣ ਇਹਨਾਂ ਨੂੰ ਆਏ ਨਾਲ ਹੀ ਕੇਕ ਲਿਆਂਦਾ ਵਾ ਮੈਂ ਖੋਖਰਾਂ ਤੋਂ ਮੁੰਡਾ ਸੱਦਿਆ ਗੱਡੀ ਵਾਲਾ ਉਹਨੂੰ ਨਾਲ ਲੈ ਕੇ ਆਏ ਹਾਂ ਆਉਂਦਿਆਂ ਨੂੰ ਦੁਕਾਨ ਬੰਦ ਸੀ ਜੀ ਦੁਕਾਨ ਬੰਦ ਚਲੋ ਅਗਲੇ ਦਿਨ ਅਸੀਂ ਆਏ ਹਾਂ ਇਹਨਾਂ ਨੂੰ ਆਖਿਆ ਵੀ ਤੁਹਾਡਾ ਕੇਕ ਖਰਾਬ ਨਿਕਲਿਆ ਅਤੇ ਖੱਟਾ ਨਿਕਲਿਆ ਵਾ ਇਹ ਆਉਂਦੇ ਇਹ ਗੱਲ ਨਹੀਂ ਜੀ ਹੋ ਸਕਦੀ ਅਸੀਂ ਆਖਿਆ ਵੀ ਖੱਟਾ ਨਿਕਲਿਆ ਵਾ ਨਹੀਂ ਮੁੜ ਕੇ ਆਉਂਦੇ ਵੀ ਤੁਹਾਨੂੰ ਸਾਡੇ ਕੋਲ ਖੜਿਆ ਨਹੀਂ ਅਸੀਂ ਕਿਹਾ ਕੈਮਰੇ ਚੈੱਕ ਕਰੋ ਆਉਂਦੇ ਕੈਮਰੇ ਅਸੀਂ ਕਦੀ ਨਹੀਂ ਚੈੱਕ ਕੀਤੇ ਨਾ ਇਹ ਹੋਣੇ ਹੀ ਆ ਇਹ ਕਿ ਇਹਦਾ ਕੀ ਕੀਤਾ ਜਾਏ ਆਉਂਦਾ ਵੀ ਸਾਨੂੰ ਨਹੀਂ ਪਤਾ ਕੀ ਕਰਨਾ ਚਾਹੀਦਾ ਚਲੋ ਅਸੀਂ ਮੁੜ ਕੇ ਕਿਸਾਨ ਦੁਨੀਆ ਦੇ ਪ੍ਰਧਾਨ ਨੂੰ ਕਹਿਤਾ ਜੀ ਉਹ ਸਾਡੇ ਨਾਲ ਆਏ ਨੇ ਉਹਨਾਂ ਵੀ ਕਿਹਾ ਵੀ ਤੁਹਾਡੀ ਮੈਂ ਸ਼ਿਕਾਇਤ ਮਿਲੀ ਆ ਅਤੇ ਆਉਂਦੇ ਸ਼ਿਕਾਇਤ ਮਿਲੀ ਤੁਹਾਡੀ ਕੇਕ ਦੀ ਤਾਂ ਦੱਸੋ ਇਹਦਾ ਕੀ ਕਰਨਾ ਉਹਨਾਂ ਨੂੰ ਆਉਂਦੇ ਵੀ ਤੁਸੀਂ ਦੱਸੋ ਕੀ ਕਰਨਾ ਵਾ ਜਿੱਦਾਂ ਆਖੋਗੇ ਮਤਲਬ ਉੱਦਾਂ ਹੀ ਕਰ ਲਾਂਗੇ ਚਲੋ ਜੋ ਮੁੜ ਕੇ ਨਾ ਅਸੀਂ ਕੇਕ ਕਿੰਨੇ ਦਾ ਜਦੋਂ ਇਹਨਾਂ ਦੱਸਿਆ ਵੀ ਕਿਸਾਨ ਦੁਨੀਆ ਦੇ ਪ੍ਰਧਾਨ ਆ ਇਹ ਆਉਂਦੇ ਵੀ ਕੇਕ ਕਿੰਨੇ ਦਾ ਮੈਂ 400 ਦਾ ਲਿਆ ਜੀ ਇਹ 400 ਰੁਪਇਆ ਫੜਾਉਣ ਜੀ ਇਹ ਕਿਹਾ ਅਸੀਂ ਪੈਸੇ ਲੈਣ ਨਹੀਂ ਆਏ ਮਤਲਬ ਤੁਸੀਂ ਮਤਲਬ ਪਹਿਲਾਂ ਗਲਤ ਕੋਈ ਜੀ ਚਲੋ ਜੀ ਆਪਾਂ ਮੈਂ ਬਾਹਰ ਆ ਗਿਆ ਮੈਨੂੰ ਫੋਨ ਆ ਗਿਆ ਅਤੇ ਪ੍ਰਧਾਨ ਜਿਹੜੇ ਉੱਥੇ ਲਾ ਕੇ ਖਲੋਤੇ
ਤੇ ਇਹ ਕੁਰਸੀ ਤੋਂ ਜੁਝਾਰ ਸਿੰਘ ਕਿਹੜਾ ਪਿੰਡ ਹੈ ਘਾੜਕੀਆਂ।